ਪਟਿਆਲਾ ਵਿਖੇ ਐਨਆਈਐਸ ਪਟਿਆਲਾ ਦੇ ਸਾਬਕਾ ਡਾਇਰੈਕਟਰ ਇੰਚਾਰਜ ਅਤੇ ਉੱਗੇ ਕਵੀ ਡਾਕਟਰ ਜੀਐਸ ਆਨੰਦ ਅਦਾਰਾ ਚੜ੍ਹਦੀਕਲਾ ਟਾਈਮ ਟੀਵੀ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਆਪਣਾ ਦੂਜਾ ਕਾਵਿ ਸੰਗ੍ਰਹਿ ਦਿਲ ਦਾ ਬੂਹਾ ਖੋਲ ਚੜ੍ਹਦੀਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੂੰ ਭੇਟ ਕੀਤਾ। ਇਸ ਮੌਕੇ ਤੇ ਉਹਨਾਂ ਨੇ ਆਪਣੇ ਕਾਵਿ ਸੰਗ੍ਰਹਿ ਬਾਰੇ ਵਿਚਾਰ ਚਰਚਾ ਵੀ ਕੀਤੀ। ਇਸ ਮੌਕੇ ਤੇ ਚੜ੍ਹਦੀਕਲਾ ਟਾਈਮ ਟੀਵੀ ਦੇ ਪੀਆਰਓ ਹਰੀ ਸਿੰਘ ਚਮਕ ਅਤੇ ਮੈਨੇਜਰ ਪਰਮਜੀਤ ਸਿੰਘ ਮੌਜੂਦ ਰਹੇ। ਅੱਜ ਦੇ ਸਮਾਜ ਵਿੱਚ ਬੇਈਮਾਨੀ, ਠੱਗੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਗੰਦੀ ਰਾਜਨੀਤੀ ਅਤੇ ਰਿਸ਼ਤਿਆਂ ਦੇ ਦਾ ਜਿਹੜਾ ਕਾਂਡ ਹੋ ਰਿਹਾ ਹੈ, ਇਹਨਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਮੈਂ ਵਿਅੰਗਾਤਮਕ ਤਰੀਕੇ ਦੇ ਨਾਲ ਇਹ ਕਵਿਤਾਵਾਂ ਰਚੀਆਂ ਨੇ ਔਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅੱਜ ਮਨੁੱਖ ਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ। ਜਿਵੇਂ ਗੁਰਬਾਣੀ 'ਚ ਕਿਹਾ ਗਿਆ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੋ ਇਸੇ ਤਰ੍ਹਾਂ ਹੀ ਮਨੁੱਖ ਨੂੰ ਆਪਣੇ ਦਿਲ ਦੇ ਬੂਹੇ ਖੋਲ੍ਹਣ ਲਈ ਇਹਦੇ 'ਚ ਪ੍ਰੇਰਣਾ ਦਿੱਤੀ ਗਈ ਹੈ ਤਾਂ ਕਿ ਉਹ ਆਪਣੀ ਰੀਅਲਾਈਜੇਸ਼ਨ ਕਰੇ, ਆਪਣੇ ਆਪ ਨੂੰ ਪਛਾਣੇ ਕਿ ਉਸ ਦਾ ਮੰਤਵ ਕੀ ਹੈ ਮਨੁੱਖੀ ਜੀਵਨ ਦਾ ਅਤੇ ਉਹ ਕਿਵੇਂ ਲੋੜਵੰਦਾਂ ਦੀ ਉਸਨੂੰ ਸੇਵਾ ਕਰਨੀ ਚਾਹੀਦੀ ਹੈ, ਮਦਦ ਕਰਨੀ ਚਾਹੀਦੀ।